अणथक योधा पिया भाई पै लम्मा पाया इस टाइम किन्ने साल वाले अंडर 25 वाले पर मैच देख लिया जरा बराबर है उस्ताद तो भज गए उदो भी ताड़िया बजी मैं तेनू 200 तो नहीं मिलिया मैनू 200 मिलिया फिर भाई उस्ताद फर्क तो है ऐदा ही आ लई भाई जलेबी खाइए मीह पवाता गुलगुले कचौरियां कड्डो ऐसा खान के कोई करना ही हाँ बनता भी सी हां जी की हाल चाल है ਅੱਜ ਸਟਾਰਟ ਕਰੂਗਾ ਮੈਚ ਬਲੌਗ ਸਟਾਰਟ ਆਉਣਾ ਬਲੌਗ ਲੇਟ ਕਰਤਾ ਪਰ ਮੈਚ ਦੇਖ ਲਿਓ ਜਲਾ ਇਹਦੀ ਰੇਸ ਦੇਤੀ ਬਰਾਬਰ ਰਹਿ ਗਾ ਆਪਾਂ ਇੱਕ ਉਸਤਾਦ ਤੋਂ ਭੱਜ ਗਏ ਉਦੋਂ ਵੀ ਤਾੜੀਆਂ ਵੱਜੀ ਮੈਂ ਤੈਨੂੰ 200 ਤਾਂ ਨਹੀਂ ਮਿਲਿਆ ਮੈਨੂੰ 200 ਮਿਲਿਆ ਫਿਰ ਭਾਈ ਉਸਤਾਦ ਫਰਕ ਤਾਂ ਹੈਗਾ ਹੀ ਆ ਇਦਾਂ ਹੀ ਆ ਲੈ ਭਾਈ ਜਲੇਬੀ ਖਾਈਏ ਉਸਤਾਦ ਬਲੌਗ ਦਾ ਸਟਾਰਟ ਕਰਦੇ ਬਲੌਗ ਸਟਾਰਟ ਹੀ ਆਪਣਾ 22 ਸਕਿੰਟਾਂ ਦਾ ਹੋ ਗਿਆ 22 ਸਕਿੰਟਾਂ ਦਾ ਹੋ ਗਿਆ ਆਪਾਂ 5 ਮਿੰਟ ਇੱਥੇ ਪੂਰੇ ਕਰ ਦੇਣੇ ਆ 5 ਮਿੰਟਾਂ ਦਾ ਬਲੌਗ ਬਣਾ 10 ਦਾ 5 ਆਪਾਂ ਪੂਰਾ ਕਰ ਦੇਣਾ 5 ਬ੍ਰੇਕ ਲੈ ਕੇ ਕਰ ਦਾਂਗੇ ਪੱਪਾ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਭਰਾ ਨੂੰ ਯਾਰ ਵੱਧ ਤੋਂ ਵੱਧ ਖੌਰੂ ਪਾ ਦਿਓ ਹਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਮੌਸਮ ਕਿਦਾਂ ਮੌਸਮ ਦਾ ਸੁਹਾਵਣਾ ਸੁਹਾਵਣਾ ਪੂਰਾ ਰੰਗ ਬੰਨਿਆ ਹੋਇਆ ਹਾਂ ਨਿਕਲੂ ਅੱਗ ਮੀਂਹ ਨਾ ਪਵੇ ਠੀਕ ਕਰ ਦਿਓ ਤੇ ਕਰੋ ਯਾਰ ਭਰਾ ਦਾ ਚੈਨਲ ਸਬਸਕ੍ਰਾਈਬ ਮੈਚ ਰਹਿ ਗਏ 4 ਕਿ ਦੋ ਬਾਅਦ ਆਪਾਂ ਟਰੱਕਾਂ ਤੇ ਲੈ ਕੇ ਆ ਕਰਾਂਗੇ ਮਿਲਿਆ ਕਰਾਂਗੇ ਇਸ ਟਾਲੇ ਨੂੰ ਟਰੱਕਾਂ ਤੇ ਜਾਊ ਮੈਂ ਸਟੇਡੀ ਆ ਰਿਹਾ ਆਪਨ ਬਾਡੀ ਫੇਰ ਕਰ ਲਓ ਮੈਨੂੰ ਵੀ ਲੈ ਜਾਓ ਨਾਲ ਉੱਥੇ ਹੀ ਬਣਾ ਲਾਂਗੇ ਵਲੌਗ ਤੇਰਾ ਵੀਜ਼ਾ ਲਵਾ ਲਓ ਵੀਜ਼ਾ ਲੋੜ ਨਹੀਂ ਆਪਾਂ ਨੂੰ ਰੋਸ ਤੂੰ ਬ੍ਰੌਕਸ ਮੰਡੀ ਦਾ ਬ੍ਰੌਕਸ ਮੰਡੀ ਦਾ ਆ ਭਰਾ ਆਪਣੇ ਨਿਊਯਾਰਕ ਵਾਲਿਆਂ ਦੇ ਬਹੁਤ ਸੇਵਾ ਕਰਦੇ ਯਾਰ ਹਰੇਕ ਸਾਲ ਮਿਲਦੇ ਆ ਭਰਾ ਹਾਂ ਸਾਲ ਬਹੁਤ ਹਾਂ ਜਲੇਬੀਆਂ ਬਾਈਆਂ ਨਹੀਂ ਖਵਾਈਆਂ ਨੇ ਹਾਂ ਮੈਲ ਕਿਉਂ ਟੋਂਡਾ ਭਾਈ ਨਿਊਯਾਰਕ ਦਾ ਥੈਂਕ ਯੂ ਭਰਾ ਦੁੱਲਾ ਉਸਤਾਦ ਮੈਚ ਤੋਂ ਪਹਿਲਾਂ ਟ੍ਰੇਨਿੰਗ ਦਿੰਦਾ ਹੋਇਆ ਇਹ ਉਸਤਾਦ ਕਿੰਨੇ ਸਾਲ ਵਾਲੇ ਆ ਅੰਡਰ 25 ਵਾਲੇ ਆ ਇਹਨਾਂ ਦਾ ਮੈਚ ਅੱਜ ਉਸਤਾਦ ਹੋਰ ਮੈਚ ਆ ਮੁੰਡੇ ਮੈਂ ਕਿਹਾ ਥੋੜਾ ਬੰਬ ਆਪ ਹੋ ਜੇ ਮੁੰਡੇ ਦਾ ਗਰਮ ਹੋ ਜਾਣਗੇ ਇਹਨੇ ਨਾ ਬਸ ਠੀਕ ਆ ਉਸਤਾਦ ਹਾਂ ਉਸਤਾਦ ਬਸ 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 ਧਿਆਨ ਨਾਲ ਫਟਾ ਗੱਡੀ ਤੂੰ ਤਾਂ ਸੰਗ ਗਿਆ ਬਲੰਦਰਾ ਇਹ ਉਸਤਾਦ ਪਾਕਿਸਤਾਨ ਵਾਲੀ ਚੈਨ ਚੱਲ ਰਹੀ ਆ 5 ਜਣਿਆਂ ਦੀ ਨਹੀਂ ਨਹੀਂ 4 ਆ ਨਿਊਯਾਰਕ ਵਾਲਿਆਂ ਦਾ ਮੌਸਮ ਹੈ ਅੱਤ ਹੋਇਆ ਪਿਆ ਉਸਤਾਦ ਨੂੰ ਬਲੌਗ ਚ ਤਾਂ ਲੈ ਲਈਏ ਉਸਤਾਦ ਨੂੰ ਟਾਈਮ ਨਹੀਂ ਲੱਗਦਾ ਫੋਟੋ ਕਰਾਉਣ ਤੋਂ ਐਵੇਂ ਥੋੜੂ ਕਹਿੰਦੇ ਆ ਕੀ ਕਹਿੰਦਾ ਬੱਲੇ ਰਾਜੂ ਕੋਟਲਾ ਪੜੀ ਆਈਏ ਉਸਤਾਦ ਬਲੌਗ ਚ ਰਹਿ ਤਾਂ ਨਹੀਂ ਗਿਆ ਮੇਰਾ ਵੀਰ ਕੋਈ ਫੇਰ ਨਾ ਕਿਹਾ ਉਸਤਾਦ ਕੋਲ ਟਾਈਮ ਆ ਅਣਥੱਕ ਯੋਧਾ ਪਿਆ ਭਾਈ ਪਿਆ ਲੰਮਾ ਪਾਇਆ ਆ ਜਲਾਲਪੁਰੀ ਆ ਆ ਅਣਥੱਕ ਯੋਧਾ ਆਓ ਬਾਈ ਉਹ ਕਿਹੜਾ ਉਹਨੂੰ ਕਿਹੜਾ ਖਿਤਾਬ ਮਿਲਿਆ ਪਿਆ ਇਹਨੂੰ ਕਿਹੜਾ ਖਿਤਾਬ ਮਿਲਿਆ ਇਹ ਉੱਡਣਾ ਸਿੱਖ ਵੀ ਬੈਠਾ ਸਾਡੇ ਕੋਲੇ ਫਲਾਇੰਗ ਸਿੱਖ ਮੰਡੀ ਵਾਲਾ ਆਦਮ ਵਾਲੀ ਆ ਸਨੀ ਸੰਗਰੂਰ ਜ਼ਿਲ੍ਹੇ ਦਾ ਸ਼ਾਨ ਨੇ ਗੱਭਰੂ ਇਹ ਆਪਣਾ ਚੈਨਲ ਸਬਸਕ੍ਰਾਈਬ ਕਰ ਮੈਂ ਬਣਾ ਲਓ ਜੀ ਪਾਲੇ ਨੇ ਵੀ ਕਹਿਤਾ ਹੁਣ ਕਰ ਦਿਓ ਇਹਦਾ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਕਰ ਦਿਓ ਉਹਦਾ ਥੋੜੇ ਰੁਪਏ ਚਾਰ ਇਹਨੂੰ ਉਧਰੋਂ ਨੇ ਇੰਟਰਨੈਟ ਤੋਂ ਪੈਸੇ ਉਹਦੇ ਚੈਨਲ ਤੋਂ ਥੋੜੇ ਲੈ ਹੋਣੇ ਮੱਖਣ ਮੱਖੀ ਨਾਲ ਤਾਂ ਪਾ ਲਿਆ ਸੀ ਸਾ ਮੈਂ ਨਾਲ ਕਾਬਲ ਗਿੱਲ ਨਾਲ ਪਾ ਲਿਆ ਹੁਣ ਹੋਰ ਜਿਨੇ ਜਿਨੇ ਬਈ ਹਿੱਸਾ ਪਾਉਣਾ ਚੈਨਲ ਤੇ ਧੱਕ ਪਾ ਦੋ ਮੇਰਾ ਵੀ ਕਰ ਦੂਗਾ ਆਜੋ ਰੀ ਕਰ ਲਾ ਬੜਾ ਚੈਨਲ ਵੀ ਆ ਰਿਹਾ ਹੈ ਨਾਲ ਲੈ ਉਸਤਾਦ ਦਾ ਵੀ ਚੈਨਲ ਬਣ ਰਿਹਾ ਉਸਤਾਦ ਕਹਿਣ ਦੀ ਲੋੜ ਨਹੀਂ ਹੈ ਕਿ ਤੇ ਤਾਂ ਆਲਰੇਡੀ ਸਾਰੇ ਜਾਣਦੇ ਆ ਚੱਲਣਾ ਮੈਨੂੰ ਪਤਾ ਲੱਗ ਗਿਆ ਵੀ ਚੱਲਣਾ ਇਹ ਦਾਬੇ ਸਿੱਕੀ ਖੜਾ ਜਲਾਲਪੁਰੀ ਆਉਣਾ ਇਹਨੂੰ ਮੈਂ ਦੱਸਿਆ ਹੁਣ ਮੈਨੂੰ ਤੂੰ ਦੱਸ ਸਕ ਕਿੱਦਾਂ ਚੱਲਣਾ ਆ ਕੀ ਨਾਲ ਚੱਲੂਗਾ ਉਹ ਸ਼ਾਸ਼ੂ ਉਹਨੂੰ ਚਲਾ ਆ ਪਿਆ ਅਣ ਤੱਕ ਯੋਧਾ ਮੁੱਦਾ ਪਾਇਆ ਉਸਤਾਦ ਤੂੰ ਬਲੌਗ ਚਾਉਣਾ ਚੈਨਲ ਨੂੰ ਕਹਿ ਸ਼ੇਅਰ ਕਰ ਦੇਣਾ ਕਰੀ ਜੰਨਾ ਭਰਾ ਕਹੋ ਪਾਲੀ ਕਹਿ ਕਹੋ ਯਾਰ ਸਾਰੇ ਜਣੇ ਯਾਰ ਕਹਿ ਸ਼ੇਅਰ ਕਰੋ ਇਹਨੇ ਇੱਜ਼ਤ ਚਲਾਉਣਾ ਕੰਮ ਜਿਹੜਾ ਚੈਨਲ ਸ਼ੇਅਰ ਕਰੂਗਾ ਉਹਨੂੰ ਸਭ ਮਿਲੂਗਾ ਇਹਨੇ ਮੈਂ ਇੱਜ਼ਤ ਚਲਾਉਣਾ ਕੰਮ ਆ ਦੇਖ ਲੋ ਭਰਾ ਕਿਵੇਂ ਸ਼ੇਅਰ ਕਰਦਾ ਹੈ ਕੀ ਪਤਾ ਨਹੀਂ ਤੂੰ ਬਾਤ ਨਹੀਂ ਕਰ ਸਕਦੇ ਦਿੱਲੀ ਫੋਟੋ ਲਈਏ ਮੈਂ ਕਹਿੰਦਾ ਇਦਾਂ ਹੀ ਠੀਕ ਆ ਉਸਤਾਦ ਕੀ ਗੱਲ ਉਸਤਾਦ ਤੱਕ ਪਾਉਣੀ ਆ ਚੈਨਲ ਤੇ ਹਾਂ ਚੈਨਲ ਦੇ ਤੱਕ ਚੈਨਲ ਤੇ ਹਾਂ ਵੀਰ ਰੁਕਣੇ ਨਹੀਂ ਚਾਹੀਦੇ ਐਂਡ ਤੱਕੜਾ ਕਰ ਦਿਓ ਐਂਡ ਤੱਕੜਾ ਕਰ ਦਿਓ ਚੈਨਲ ਦਾ ਹਾਂ
ਐਂਡ ਤਗੜਾ ਜੱਫੇ ਪਾ ਲਾਂਗੇ ਉਸਤਾਦ ਕੱਟ ਕੇ ਉਹ ਵੀ ਜਾਏਗਾ ਮੈਂ ਚੱਕ ਰਹਿੰਦਾ ਹਾਂ ਜੇ ਆਪਣਾ ਫਾਈਨਲ ਤੁਸੀਂ ਤਾਂ ਨਿਬੜ ਗਿਆ ਸਾਈ ਤਾਂ ਮੈਂ ਕੈਮਰਾ ਚੱਕ ਲਿਆ ਸਾਡਾ ਰਹਿੰਦਾ ਫਰੂਟ ਕੇ ਲੈ ਸਾਰੇ ਜਾਣਦੇ ਆ ਮੈਂ ਕਿਹਾ ਮੈਂ ਕੈਨੇਡਾ ਪੰਜ ਭਰਾ ਸੁੱਕ ਕੇ ਮੇਰੇ ਦਾ ਮੈਂ ਮੇਰਾ ਭਾਈ ਮੈਂ ਕੈਨੇਡਾ ਪੰਜ ਹੀ ਕਰਦਾ ਨਾਲੇ ਵਧੀਆ ਹੋ ਗਿਆ ਓਕੇ ਗੁਰਮੀਤ ਭਰਾ ਨੂੰ ਕੱਲ ਆਫਰ ਆਈ ਸੀ ਮੈਚ ਖੇਡਣ ਦੀ ਤਿੰਨ ਰੇਡਰ ਕਬੱਡੀ ਟੋਰਾਂਟੋ ਦੀ ਫਿਰ ਜੀਕਰ ਹੀ ਨੇ ਉਸਤਾਦ ਜਿਹੜਾ ਖੇਡਿਆ ਯਾਰ ਮੈਂ ਦਾਰੂ ਢੋ ਕੇ ਕਿੱਦਾਂ ਦੀਸ਼ੇ ਭਰਾ ਸੈੱਟ ਨੇ ਗੱਡੀਆਂ ਨਹੀਂ ਹਟ ਗਿਆ ਮੀਂਹ ਹਟਾ ਦੇਣਾ ਆਪਾਂ ਨੇ ਉਸਤਾਦ ਕਾਇਮ ਹੋ ਕੇ ਖੇਡੋ ਮੇਰਾ ਗੱਡੀਆਂ ਪਤਾ ਗਰਾਊਂਡ 'ਚ ਲੱਗਣਾ ਹੁਣ ਨਹੀਂ ਨਹੀਂ ਤੂੰ ਮਿਹਨਤ ਦੱਸ ਤੇਰੀ ਕਿੱਦਾਂ ਪਰਮਾਤਮਾ ਦਾ ਹੱਥ ਦਾ ਬੰਦੇ ਤੇ ਹਮੇਸ਼ਾ ਵਾ ਮਿਹਨਤ ਵੀ ਸਹੀ ਆ ਸਹੀ ਆ ਸਾਰਾ ਚੱਕ ਦੇਂਗੇ ਫੱਟੇ ਚੱਕ ਲਾਂਗੇ ਹਾਂ ਸਹੀ ਆ ਗਿਆ ਤੇ ਪਹੁੰਚਿਆ ਪਹਿਲੀ ਵਾਰ ਆਇਆ ਉਸਤਾਦ ਪਹਿਲੀ ਵਾਰ ਆਇਆ ਪਹਿਲੀ ਵਾਰ ਕਿੱਦਾਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਭਾਜੀ ਮੀਂਹ ਪਵਾਤਾ ਗੁਲਗੁਲੇ ਕਚੌਰੀਆਂ ਕੱਢੋ ਨਹੀਂ ਭਾਜੀ ਨੇ ਮੈਨੂੰ ਤੇਰੀ ਅੜੀ ਹੋਈ ਆ ਆਪਾਂ ਤੇਰੀ ਬਣਾ ਦੇਣੀ ਤੂੰ ਸ਼ੇਅਰ ਤਾਂ ਕਰਦਾ ਨੀ ਲੋਕਾਂ ਨੂੰ ਬੋਲਣ ਲਾਤਾ ਲੋਕਾਂ ਨੂੰ ਇਹ ਨੌਜਵਾਨ ਨਵੇਂ ਪਿੰਡ ਦਾ ਕਮਲ।